ਜਦੋਂ ਤੋਂ ਲੌਕਡਾਊਨ ਹੋਇਆ ਏ ਉਦੋਂ ਤੋਂ ਹੀ ਆਟੋ ਟੈਕਸੀ ਅਤੇ ਬੱਸਾਂ ਦੀ ਸੇਵਾ ਵੀ ਬੰਦ ਸੀ ਪਰ ਹੁਣ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਸਰਕਾਰੀ ਬੱਸਾਂ ਨੂੰ ਚਲਾਉਣ ਦੀ ਪ੍ਰਵਾਨਗੀ ਮਿਲ ਗਈ ਹੈ ਜਿਸ ਤੋਂ ਬਾਅਦ ਫਰੀਦਕੋਟ ਤੋਂ 6 ਰੂਟਾਂ ਲਈ ਬੱਸਾਂ ਚੱਲਣ ਦੀ ਪ੍ਰਵਾਨਗੀ ਮਿਲੀ ਹੈ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ 25 ਸਵਾਰੀਆਂ ਨੂੰ ਰਵਾਨਾ ਕੀਤਾ ਜਾਵੇਗਾ ਪਰ ਫਰੀਦਕੋਟ ਤੋਂ ਸਵਾਰੀਆਂ ਪੂਰੀਆਂ ਨਾ ਹੋਣ ਕਾਰਨ ਬੱਸ ਨਹੀਂ ਚਲਾਈ ਗਈ ਉੱਥੇ ਹੀ ਅੱਡਾ ਇੰਚਾਰਜ ਫਰੀਦਕੋਟ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਹਦਾਇਤਾਂ ਦੇ ਮੁਤਾਬਕ ਬੱਸਾਂ ਨੂੰ ਸੈਨੇਟਾਈਜ਼ ਕੀਤਾ ਜਾ ਚੁੱਕਾ ਹੈ ਅਤੇ ਡਰਾਈਵਰ ਅਤੇ ਹੈਲਪਰ ਨੂੰ ਵੀ ਸਾਰੇ ਨਿਰਦੇਸ਼ਾਂ ਦੀ ਪਾਲਣਾ ਕਰਨ ਨੂੰ ਕਿਹਾ ਗਿਆ ਹੈ ਅੱਜ ਫਰੀਦਕੋਟ ਤੋਂ 6 ਰੂਟਾਂ ਲਈ ਬੱਸਾਂ ਚੱਲਣੀਆਂ ਸਨ ਪਰ ਸਵਾਰੀਆਂ ਨਾ ਹੋਣ ਕਰਕੇ ਅਜੇ ਤੱਕ ਕੋਈ ਬੱਸ ਨਹੀਂ ਚੱਲੀ ਸਵਾਰੀਆਂ ਦਾ ਰੁਝਾਨ ਵੀ ਵੈਸੇ ਤਾਂ ਘੱਟ ਆ ਅਤੇ ਅਸੀਂ ਬੱਸਾਂ ਤਾਂ ਮਤਲਬ 6 ਰੂਟਾਂ 'ਤੇ ਲਾਈਆਂ ਹੋਈਆਂ ਨੇ ਸਵਾਰੀਆਂ ਘੱਟ ਆ ਰਹੀਆਂ ਜਾਣੀ ਕਿ ਮਤਲਬ ਸਾਨੂੰ ਹੁਕਮ ਆ ਸਰਕਾਰ ਵੱਲੋਂ ਵੀ ਮਤਲਬ 20-25 ਸਵਾਰੀਆਂ ਹੋਣੀ ਚਾਹੀਦੀ 50-55 ਸਵਾਰੀ ਹੋਣੀ ਚਾਹੀਦੀ ਸਰਕਾਰ ਦੀਆਂ ਜਿਹੜੀਆਂ ਗਾਈਡਲਾਈਨ ਸੀ ਉਸ ਨੂੰ ਲੈ ਕੇ ਜਿਵੇਂ ਸੈਨੀਟਾਈਜ਼ ਕਰਨਾ ਜਾਂ ਹੋਰ ਇੰਸਟਰਕਸ਼ਨ ਜਿਹੜੀਆਂ ਡਰਾਈਵਰ ਕਹਿੰਦੇ ਉਹਨੂੰ ਕਿਵੇਂ ਫੋਲੋ ਕੀਤਾ ਜਾ ਰਿਹਾ ਉਹਨੂੰ ਸਰ ਅਸੀਂ ਜਿਹੜੀਆਂ ਬੱਸਾਂ ਨੇ ਡੀਪੂ ਦੇ ਅੰਦਰ ਪਹਿਲਾਂ ਸੈਨੀਟਾਈਜ਼ਰ ਹੁੰਦੀ ਹੈ ਜੀ ਫਿਰ ਉਸ ਤੋਂ ਬਾਅਦ ਅਸੀਂ ਮਤਲਬ ਅੱਡੇ 'ਚ ਲਿਆਉਂਦੇ ਹਾਂ ਗੱਡੀ ਫਿਰ ਡਰਾਈਵਰ ਕਨੈਕਟਰ ਮਾਸਕ ਸੈਨਾਟਾਈਜ਼ਰ ਅਤੇ ਗਲਵਸ ਵਗੈਰਾ ਇਹ ਸਾਰੇ ਦਿੱਤੇ ਹੋਏ ਨੇ ਅਤੇ ਇਹਨਾਂ ਨੂੰ ਮਤਲਬ ਇਹ ਵੀ ਫਾਲਤੂ ਦਿੱਤੇ ਗਏ ਨੇ ਵੀ ਜੇ ਸਵਾਰੀ ਕੋਲ ਮਾਸਕ ਜਾਂ ਸੈਨੇਟਾਈਜ਼ਰ ਜਾਂ ਕੁਛ ਨਹੀਂ ਹੈਗਾ ਆਪ ਸੈਨੇਟਾਈਜ਼ਰ ਕਰਕੇ ਤੁਸੀਂ ਬੱਸ ਦੇ ਵਿੱਚ ਬਿਠਾਉਣਾ ਕਿੰਨੀਆਂ ਸਵਾਰੀਆਂ ਇੱਕ ਵਾਰ ਜਿਹੜੀਆਂ ਇੱਥੇ ਬੱਸ 'ਚ ਚੱਲ ਸਕਦੀਆਂ ਨੇ 20-25 ਦੇ ਬੱਚੇ ਜੀ 50% ਸਵਾਰੀ ਸਰ ਕਈ ਸਵਾਰੀਆਂ ਦੇਖੀਆਂ ਕਿ ਸਵੇਰ ਤੋਂ ਆ ਕੇ ਬੈਠੀਆਂ 5 ਵਜੇ ਤੋਂ ਹਲੇ ਤੱਕ ਕੋਈ 8 ਵਜੇ ਤੋਂ ਬਾਅਦ ਤੱਕ ਵੀ ਜਿਹੜੀ ਕੋਈ ਬੱਸ ਨਹੀਂ ਚੱਲੀ ਇਸ ਨੂੰ ਲੈ ਕੇ ਸਵਾਰੀ ਮਤਲਬ ਹੁਣ ਆਈ ਨਹੀਂ ਜੀ ਫਾਲਤੂ ਮਤਲਬ 2-4 ਸਵਾਰੀਆਂ ਨੇ ਇਹਨਾਂ ਨੂੰ ਅਸੀਂ ਭੇਜ ਨਹੀਂ ਸਕਦੇ ਸਾਨੂੰ ਸਰਕਾਰ ਦੇ ਹੁਕਮ ਹੈ ਜੀ ਉੱਥੇ ਹੀ ਸਵਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ 2-3 ਘੰਟੇ ਬੱਸ ਦਾ ਇੰਤਜ਼ਾਰ ਕਰਨਾ ਪਿਆ ਪਰ ਅਜੇ ਤੱਕ ਉਹਨਾਂ ਨੂੰ ਕੋਈ ਬੱਸ ਨਹੀਂ ਮਿਲੀ ਜਿਸ ਤੇ ਚੱਲਦਿਆਂ ਉਹਨਾਂ ਨੂੰ ਕਾਫੀ ਪਰੇਸ਼ਾਨੀ ਉਠਾਉਣੀ ਪਈ 7 ਵਜੇ ਤੇ ਆ ਕੇ ਬੈਠੇ ਆ ਕਿਤੇ ਜਾਣਾ ਕਿਤੇ ਸੀ ਜੀ ਜਲੰਧਰ ਤੇ ਬੱਸ ਚੱਲੀ ਨਹੀਂ ਕੋਈ ਹਲੇ ਤੱਕ ਹਜੇ ਕੋਈ ਨਹੀਂ ਚੱਲੀ ਕੋਈ ਦੱਸਿਆ ਇਹਨਾਂ ਨੇ ਵੀ ਕਦੋਂ ਬੱਸ ਚੱਲੀ ਹੈ ਨਾ ਹਜੇ ਕੋਈ ਟਾਈਮ ਨਹੀਂ ਦੱਸਿਆ ਕਿੰਨੇ ਜਾਣੇ ਤੁਸੀਂ ਇੱਥੇ ਜਿਹੜੇ ਜਲੰਧਰ ਜਾਣ ਵਾਲੇ ਅਸੀਂ ਇੱਥੇ 6 4-3 ਜਣੇ ਜਾਣੇ ਆ ਤੁਹਾਨੂੰ ਟਾਈਮ ਦਿੱਤਾ ਸੀ ਬੱਸ ਦਾ ਵੀ ਕਿੰਨੇ ਵਜੇ ਤੋਂ ਬੱਸ ਚੱਲਣੀ ਹੈ 7 ਵਜੇ ਦਾ ਟਾਈਮ ਦਿੱਤਾ ਸੀ ਹੁਣ ਕੀ ਟਾਈਮ ਹੋ ਗਿਆ ਜੀ ਹੁਣ ਟਾਈਮ ਦੇਖੋ ਕਿੰਨਾ ਹੋ ਗਿਆ ਹੁਣ 2 ਘੰਟੇ ਤੋਂ ਕਰੀਬ ਹਾਂਜੀ ਹਾਂਜੀ ਉਦੋਂ ਹਜੇ ਕੋਈ ਬੱਸ ਨਹੀਂ ਚੱਲਦੀ ਹਜੇ ਨਹੀਂ ਕੋਈ ਚੱਲਦੀ ਅਸੀਂ ਜੀ 6 ਵਜੇ ਤੇ ਬੈਠੇ ਹੈਗੇ ਆ ਸਾਨੂੰ ਹਜੇ ਕੋਈ ਬੱਸ ਨਹੀਂ ਚੱਲ ਰਹੀ ਹੈ ਚੱਲ ਰਹੀ ਹੈਗੀ ਹੈ ਕਿੰਨੇ ਵਜੇ ਦਾ ਟਾਈਮ ਸੀ ਬੱਸ ਚੱਲਣ ਦਾ 8 ਵਜੇ ਦਾ ਟਾਈਮ ਸੀਗਾ 8:30 ਹੋ ਚੱਲੇ ਆ 2-3 ਘੰਟੇ ਹੋ ਗਏ ਸਾਨੂੰ ਇੱਥੇ ਬੈਠੇ 2.5 ਘੰਟੇ ਭੁੱਖੇ ਧਿਆਣੇ ਉੱਦਾਂ ਹੀ ਬੈਠੇ ਆ ਕੋਈ ਦੱਸਿਆ ਸੀ ਇਹਨਾਂ ਨੇ ਹੁਣ ਕਿੰਨੇ ਵਜੇ ਬੱਸ ਚੱਲੂਗੀ ਜਾਂ ਹੁਣ ਕੋਈ ਨਵਾਂ ਦੱਸਿਆ ਕੋਈ ਟਾਈਮ ਇਹਨਾਂ ਨੇ ਦਿੱਤਾ ਟਾਈਮ ਉਹਨਾਂ ਨੇ ਕੁਛ ਨਹੀਂ ਜੀ ਕਹਿੰਦੇ ਵੀ ਸਵਾਰੀਆਂ ਪੂਰੀਆਂ ਹੋਣਗੇ ਤੇ ਚੱਲਾਂਗੇ ਜੀ ਇੱਦਾਂ ਕੁਛ ਨਹੀਂ ਕਹਿ ਰਹੇ ਗਏ ਜੀ ਪੱਕਾ ਫਾਈਨਲ ਨਹੀਂ ਹੈਗਾ ਜੀ ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ ਵੀ ਸਰਕਾਰੀ ਬੱਸਾਂ ਚੱਲਣ ਦੀ ਆਗਿਆ ਮਿਲ ਗਈ ਹੈ ਪਰ ਕੋਰੋਨਾ ਦੇ ਖੌਫ ਕਾਰਨ ਸਵਾਰੀਆਂ ਨਜ਼ਰ ਨਹੀਂ ਆ ਰਹੀਆਂ GM ਅਨਿਲ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਗਰ 50% ਸਵਾਰੀਆਂ ਪੂਰੀਆਂ ਨਹੀਂ ਹੁੰਦੀਆਂ ਤਾਂ ਰੂਟ ਕੈਂਸਲ ਕੀਤਾ ਜਾਵੇਗਾ ਸਾਨੂੰ ਹਦਾਇਤਾਂ ਪ੍ਰਾਪਤ ਹੋਈਆਂ ਹਨ ਕਿ 5 ਰੂਟ ਤੇ ਬੱਸਾਂ ਅੱਜ ਮਿਤੀ 20-7 ਚਲਾਈਆਂ ਜਾਣਗੀਆਂ ਉਹ ਰੂਟ ਹੋਣਗੇ ਹੁਸ਼ਿਆਰਪੁਰ ਮੋਹਾਲੀ ਹੁਸ਼ਿਆਰਪੁਰ ਗੁਰਦਾਸਪੁਰ ਮੁਕੇਰੀਆਂ ਵਾਇਆ ਹੁਸ਼ਿਆਰਪੁਰ ਟਾਂਡਾ ਬਟਾਲਾ ਹੁਸ਼ਿਆਰਪੁਰ ਜਲੰਧਰ ਐਂਡ ਹੁਸ਼ਿਆਰਪੁਰ ਲੁਧਿਆਣਾ ਤੋ ਬੱਸ ਨੂੰ ਪਹਿਲਾਂ ਵਰਕਸ਼ਾਪ ਦੇ ਵਿੱਚੋਂ ਸੈਨੇਟਾਈਜ਼ ਕੀਤਾ ਜਾਏਗਾ ਡਿਸਇਨਫੈਕਸ਼ਨ ਕੀਤੀ ਜਾਏਗੀ ਉਸ ਤੋਂ ਬਾਅਦ ਬੱਸ ਸਟੈਂਡ ਤੇ ਆਉਣ ਤੋਂ ਬਾਅਦ ਕੰਡਕਟਰ ਡਰਾਈਵਰ ਜੋ ਆਪਣੇ ਮਾਸਕ ਤੇ ਦਸਤਾਨੇ ਪਹਿਨ ਕੇ ਜਾਣਗੇ ਸਵਾਰੀ ਦੀ ਸਕਰੀਨਿੰਗ ਕੀਤੀ ਜਾਵੇਗੀ ਜੇਕਰ ਅਲਾਊਡ ਟੈਂਪਰੇਚਰ ਹੈ ਜਿੰਨਾ ਕੁ ਆਮ ਮਤਲਬ ਨੋਰਮਲ ਟੈਂਪਰੇਚਰ ਵਾਲੀ ਸਵਾਰੀ ਨੂੰ ਅਲਾਊਡ ਕੀਤਾ ਜਾਏਗਾ ਜੇਕਰ ਉਸਦਾ ਟੈਂਪਰ ਜ਼ਿਆਦਾ ਆ ਟੈਂਪਰੇਚਰ ਉਸਨੂੰ ਬੱਸ ਵਿੱਚ ਬੈਠਣ ਲਈ ਅਲਾਊ ਨਹੀਂ ਕੀਤਾ ਜਾਏਗਾ ਔਰ ਸਵਾਰੀ ਨੂੰ ਵੀ ਹਦਾਇਤ ਕੀਤੀ ਜਾਏਗੀ ਕਿ ਉਹ ਆਪਣੇ ਮੂੰਹ ਤੇ ਮਾਸਕ ਬੰਨ ਕੇ ਰੱਖਣਗੇ ਬੱਸ ਜਿਹੜੀ ਪੁਆਇੰਟ ਟੂ ਪੁਆਇੰਟ ਚੱਲੇਗੀ ਜਿਸ ਤਰ੍ਹਾਂ ਇੱਥੋਂ ਚੱਲ ਕੇ ਮੋਹਾਲੀ ਜਾਣਾ ਹੈ ਤਾਂ ਰਸਤੇ ਵਿੱਚ ਕਿਤੇ ਨਹੀਂ ਰੁਕੇਗੀ ਨਾ ਕੋਈ ਸਵਾਰੀ ਲਈ ਜਾਏਗੀ 50% ਲੋਡ ਰੱਖਣ ਲਈ ਕਿਹਾ ਗਿਆ ਜੇ 50 ਸੀਟਾਂ ਬੱਸ ਵਿੱਚ ਹਨ ਤਾਂ 25 ਸਵਾਰੀਆਂ ਹੀ ਅਲਾਊਡ ਕੀਤੀਆਂ ਜਾਣਗੀਆਂ ਜੇਕਰ 5-7 ਸਵਾਰੀਆਂ ਹੋਣਗੀਆਂ ਤਾਂ ਕਿੰਨੀ ਦੇਰ ਬਾਅਦ ਬੱਸ ਚਲਾਈ ਜਾਏਗੀ ਇਹ ਡਿਪੈਂਡ ਕਰਦਾ ਸਵਾਰੀਆਂ ਦੀ ਅਵੇਲੇਬਿਲਟੀ 'ਤੇ ਜੇਕਰ ਸਾਨੂੰ 25 ਦੀ ਬਜਾਏ 20 ਸਵਾਰੀਆਂ ਵੀ ਹੋ ਜਾਂਦੀਆਂ ਤਾਂ ਅਸੀਂ ਬੱਸ ਨੂੰ ਤੋੜ ਦਿਆਂਗੇ ਲੇਕਿਨ ਜੇ 2-4 ਸਵਾਰੀਆਂ ਤਾਂ ਫਿਰ ਥੋੜ੍ਹਾ ਜਿਹਾ ਮੁਸ਼ਕਲ ਹੋਏਗਾ ਉਹਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਏਗਾ ਜੀ ਅਸੀਂ ਤਕਰੀਬਨ 50% ਜਿਹੜੀਆਂ ਬੱਸਾਂ ਆ ਉਹਨਾਂ ਦੇ ਵਿੱਚ ਇੱਕ ਟਰਾਂਸਪੇਰੈਂਟ ਸ਼ੀਟ ਲਗਾ ਕੇ ਉਹਨੂੰ ਵੱਖਰਾ ਕੈਬਨ ਬਣਾ ਦਿੱਤਾ ਗਿਆ ਤਾਂ ਕਿ ਉਹ ਸਵਾਰੀਆਂ ਨਾਲ ਸੰਪਰਕ ਨਾ ਹੋਵੇ ਔਰ ਇਸ ਲਈ ਜਿਹੜੀ ਟਿਕਟ ਹੈ ਉਹ ਬੱਸ ਸਟੈਂਡ ਤੋਂ ਹੀ ਕੱਟੀ ਜਾਏਗੀ ਠੀਕ ਹੈ ਜੀ ਤਾਂ ਕਿ ਕੰਡਕਟਰ ਸਵਾਰੀ ਦੇ ਵਿੱਚ ਜ਼ਿਆਦਾ ਸੰਪਰਕ 'ਚ ਨਾ ਆਵੇ ਔਰ ਉਹ ਆਪਣਾ ਮਾਸਕ ਔਰ ਦਸਤਾਨੇ ਪਹਿਣ ਕੇ ਆਪਣੇ ਕੈਬਨ 'ਚ ਬੈਠੇ ਬਿਊਰੋ ਰਿਪੋਰਟ ਵਿਜ਼ਨ ਪੰਜਾਬ TV